ਸਗੜੋ ਕੀ ਹਾਲ ਹੈ, ਉਮੀਦ ਹੈ ਸਾਰੇ ਖੈਰੀਅਤ ਨਾਲ। ਮੈਂ ਖੁਰਮ ਅਬਾਸ ਚੋਤਰ ਅਜ਼ਬੇ ਮੇਰਾ ਯੂਟਿਊਬ ਚੈਨਲ ਅਗੇਨ ਲੈ ਪਾਕਿਸਤਾਨ ਬੰਦਾ ਨਾ ਚੀਜ਼ ਕੋ ਮਖਲਸ ਬਲੋਚ ਵੀ ਆਦਨ ਟਾਈਮ ਠੀਕ ਹੈ ਆਫਿਸ ਵਜਣ ਦਾ ਲਾਸਟ ਡੇ ਅੱਜ ਆਫਿਸ ਦਾ ਕਿਉਂਕਿ ਈਦ ਸਿਰ 'ਤੇ ਆ ਗਈ ਹੈ। ਤੁਸੀਂ ਅੱਜ ਆਖਰੀ ਵਿਰਾਮ 'ਤੇ ਦੇ ਦਿਓ ਸਾਰਾ ਵੱਲ ਮੇਰੇ ਤਾਂ ਅਸਾਂ ਈਦ 'ਤੇ ਈਦ 'ਤੇ ਉਹਨਾਂ ਛੁੱਟੀਆਂ ਛੁੱਟੀਆਂ ਦਾ ਮਤਲਬ ਨਾਲ ਛੁੱਟੀ ਵੀ ਆਉਂਦੀ ਹੈ ਕਿਉਂਕਿ ਅਸਾਂ ਰਹਿੰਦੇ ਹਾਂ ਤੁਹਾਡੇ ਸਾਹਮਣੇ ਗਾਂਵ ਵਿੱਚ ਵਾਈਫਾਈ ਕਨੈਕਸ਼ਨ ਲਵਾਇਆ ਕੈਂਸਲ ਕੋਸ਼ਿਸ਼ ਤਾਂ ਬੜੀ ਪੀੜੀ ਸੀ ਲੇਕਿਨ ਲੱਗਿਆ ਕੋਈ ਨਹੀਂ ਕਿਉਂਕਿ ਬੰਦੇ ਮਿਲਦੇ ਨਹੀਂ ਸਾਡੇ ਨਾਲ ਬੰਦੇ ਮਿਲ ਸਨ ਤਾਂ ਵੱਲ ਜਿਹੜਾ ਨਾ ਵਾਈਫਾਈ ਕਨੈਕਸ਼ਨ ਲੱਗ ਸੀ ਸਾਰੇ ਕਰਕੇ ਲਾਕ ਆਪਾਂ ਸਨ ਨਿਕਲਦੇ ਬਾਕੀ ਗਿਆ ਸਾਰੇ ਚੱਲੇ ਅਸਾਂ ਬੰਦੇ ਰਹਿ ਗਿਆ ਸੀ ਇੱਥੇ ਦੂਰ ਉਤਰਾ ਉਹ ਹੁਣ ਪਏ ਨਿਕਲਦੇ ਬਾਕੀ ਤੁਹਾਡੀ ਸਪੋਰਟ ਲਾਜ਼ਮ ਚਾਹੀਦੀ ਹੁੰਦੀ ਹੈ ਕਿਉਂਕਿ ਬਗੈਰ ਤੁਹਾਡੀ ਸਪੋਰਟ ਦੇ ਕੰਮ ਚੱਲਦਾ ਨਹੀਂ ਸਾਰਾ ਸਪੋਰਟ ਛੋਟੀ ਛੋਟੀ ਖਿੱਚ ਰਹਿ ਗਿਆ ਕਰੋ ਤਾਂ ਕਿ ਹੌਸਲਾ ਹੁੰਦਾ ਸਾਡੀ ਸਿੰਜ ਰਹਾ ਹੋਵੇ ਅਸਾਂ ਜਿਹੜਾ ਨਾ ਮਜ਼ੀਦ ਇੰਟਰਸਟਿੰਗ ਵਲੌਗ ਬਣੇ ਰਹਾਂ ਚਾਹੇ ਸਤਾਰਾ ਤੇ ਕੰਮ ਕਰਨਾ ਵਾਲੇ ਸੀ ਇਹ ਹੁਣ ਸਾਰਾ ਸ਼ਗਲ ਦਾ ਮੇਲਾ ਇਵੇਂ ਤੱਕ ਪਿਆ ਨਿਕਲਦੇ ਅਸਾਂ ਵਲੌਗ ਸ਼ਾਪ ਕਰਕੇ ਚਾਬੀ ਜਾ ਕੇ ਚਾਬੀ ਚੜਾ ਹੈ ਕੰਮ ਦੇ ਆਦੇ ਚਾਬੀ ਪਰ ਡੈਸ਼ਬੋਰਡ ਤੇ ਤੇ ਅਸਾਂ ਆਫਿਸ ਦੀ ਤਰਫ ਇਹਦਾ ਤੇ ਲਾਸਟ ਡੇ ਸਾਡਾ ਆਫਿਸ ਦਾ ਆਫਿਸ ਜਾਏਗਾ ਹਾਂ ਆਫਿਸ ਜੀ ਲਓ ਜੀ ਸਾਦਾ ਵੀ ਵੱਲ ਖੁਦਾ ਫਿਰ ਮੁਲਤਾਨ ਅਸਾਂ ਮੁਲਤਾਨ ਤੋਂ ਨਿਕਲਤੇ ਵੇਲੇ ਪਏ ਆਪਣੇ ਹੋਸਪਿਟਲ ਨਿਸ਼ਤਰ ਟੂ ਪ੍ਰੋਜੈਕਟ ਦੇ ਉੱਤੇ ਉੱਥੋਂ ਵੱਲ ਨਿਕਲ ਸੁ ਘਰ ਦੋ ਇੱਥੋਂ ਵੇਲੇ ਪਿਆ ਅਸਾਂ ਮਜ਼ੇ ਨਾਲ ਏ ਸੀ ਲਗਾ ਹੋਇਆ ਮਾਹੌਲ ਹੀ ਮਾਹੌਲ ਹੈ ਕੀ ਬਾਤ ਹੈ ਇੱਥੋਂ ਨਿਕਲ ਸੁ ਘਰ ਹਾਈਐਸਟ ਦੀ ਅਸੀਂ ਛੱਤ ਕਿਉਂਕਿ ਸਵਾਰੀ ਹੈ ਜੀ ਇੱਥੋਂ ਅਸੀਂ ਰਸਤਾ ਮਿਲ ਸੀ ਕਿਤੇ ਵੰਜਣ ਦਾ ਹਾਈਐਸ ਦੀ ਛੱਤ ਸੀ ਧੁੱਪ ਸੀ ਗਰਮ ਗਰਮ ਹਵਾ ਸੀ ਚਾਸਾ ਸੀ ਵੇਨੇ ਲੋਕਲ ਦੀ ਹਲੇ ਚਾਸ ਹੈ ਬੰਦਾ ਖੁਆਰ ਸੀ ਤੇ ਘਰ ਪਹੁੰਚ ਆਖਰੀ ਚਾਸ 10 ਜਿਹੜੀ ਵੇਨੀ ਖੜਨੀ ਹੈ ਲੋਹਾਰ ਦੀ ਧੁੱਪ ਦੀ ਦੀ ਚਾਸ ਹੈ ਤੇ ਧੁੱਪ ਲੱਗ ਜਾਣਾ ਬੰਦੇ ਨੂੰ ਬਾਕੀ ਅੱਜ ਦੇ ਵਲੌਗ ਇਥੇ ਹੀ ਖਤਮ ਜੀ ਸੀ ਘਰ ਵੰਜਣ ਕੋਲ ਪਹਿਲੇ ਕਿਉਂਕਿ ਸਾਡੇ ਕੋਲ ਵਾਈਫਾਈ ਕਨੈਕਸ਼ਨ ਇਹ ਕਹਿੰਦਾ ਜੀ ਉਹ ਪੈਰਡਸ ਹੈ ਜੋ ਤੇ ਫੋਨ ਲਰੀ ਕਾਫੀ ਦਾ ਮੋਲ ਨਿਕਲ ਉਹਦੇ ਬਾਅਦ ਅੱਲਾ ਹਾਫਿਜ਼ ਕਰੇ ਨੇ ਸਾਹ ਜੀ ਤਾਂ ਘਰ ਛੋੜ ਅਸ ਤਾਂ ਵੀ ਦਿੱਤੇ ਸੋ ਇਹ ਤਾਂ ਕੱਪੜੇ ਲਟਕੇ ਮੈਨੂੰ ਖਰਾਬ ਕਰ ਦੇ ਸਨਾ ਦਾ ਨਾ ਸਹੀ ਨਹੀਂ ਕਰ ਨਾ ਤਾਂ ਘਰ ਛੋੜੋ ਇਹਦੀ ਵੀ ਸੀ ਸ਼ੇਰਵਾਨੀ ਬੋਲਾਏ ਨੇ ਸ਼ੇਰਵਾਨੀ ਕਹਿ ਨਹੀਂ ਸਾਰੀ ਸਹੀ ਈਦ ਆ ਗਈ ਤਾਂ ਮੈਂ ਮੇਰਾ ਯਾਰ ਵੀ ਆ ਗਿਆ ਪਰ ਈਦ ਮਨਾਉਣ ਚਾਹੀਦੀ ਨਾ ਬੰਦਾ ਪਹੁੰਚੇ ਅਸਾਂ ਹਸਪੀਟਲ ਨਿਸ਼ਤਰ ਟੂ ਮੁਲਤਾਨ ਤੇ ਬਿਲਕੁਲ ਸਾਹਮਣੇ ਸਾਡਾ ਆਫਿਸ ਇਹਦੇ ਅੱਗਾ ਕਮਾਲ ਦੀ ਗੱਲ ਤਾਂ ਇਹ ਏ ਸੀ ਦੇ ਬੈਠੇ ਹੋਏ ਸਭ ਪਸੀਨਾ ਆ ਕੇ ਤਾਂ ਜਲੇ ਵੇ ਸੁਣ ਸੁਣ ਇਹਦੀ ਛੱਤ ਹੈ ਹਾਈਐਸ ਦੀ ਛੱਤ ਹੈ ਕਿਆ ਬਣ ਸੀ ਖੈਰ ਨਾਲ ਆਫਿਸ ਇਹੋ ਕੁਝ ਉਹਨੇ ਸਾਰਾ ਮੁਖਤਸਰ ਜਾਂ ਸਫ਼ਰ ਥੋੜ੍ਹੀ ਜਿਹੀ ਦੇਰ ਹਾਲ ਗਾਲ ਉਹਦੇ ਬਾਅਦ ਅੱਲਾ ਹਾਫਿਜ਼